ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਲਈ ਅੱਜ ਇੱਕ ਬਹੁਤ ਵੱਡੀ ਸੋਗ ਵਾਲੀ ਖਬਰ ਆ। ਸੁਰਾ ਦੇ ਬਾਦਸ਼ਾਹ ਸਰਦੂਰ ਸਿਕੰਦਰ ਜੀ ਸਾਡੇ ਵਿੱਚ ਨਹੀਂ ਰਹੇ, ਗੱਲ ਕਰਦੇ ਹਾਂ ਸਾਡੇ ਨਾਲ ਬਾਈ ਹਰਦੀਪ ਜੀ ਮੌਜੂਦ ਨੇ। ਬਾਈ ਜੀ, ਸਰਦੂਰ ਸਾਹਿਬ ਆਪਣੇ ਵਿੱਚ ਨਹੀਂ ਰਹੇ, ਕਿਸ ਤਰ੍ਹਾਂ? ਇੱਕ ਚੰਗਾ ਦੋਸਤ, ਇੱਕ ਚੰਗਾ ਗਵੱਈਆ, ਇੱਕ ਚੰਗਾ ਇਨਸਾਨ, ਸ਼ੋਰਾਂ ਦਾ ਸਾਹ ਸਵਾਰ, ਅੱਜ ਦਿਨ ਸਾਡੇ ਵਾਸਤੇ ਬਹੁਤ ਮਾੜਾ ਚੜਿਆ। ਅਸੀਂ ਇੱਕ ਆਪਣਾ ਹੀਰਾ ਪੰਜਾਬ ਦਾ ਅੱਜ ਖੋ ਤੱਕ ਨਾਲ ਇੱਕ ਲੰਬੀ ਦੋਸਤੀ ਵੀ ਸੀ, ਸਾਂਝ ਸੀ, ਤੁਸੀਂ ਦੋਨੋਂ ਨੇ ਇਕੱਠੇ ਦੌਰ ਸ਼ੁਰੂ ਕੀਤਾ। ਹਾਂ, ਅਸੀਂ ਸਰਦੂਲ ਸਿਕੰਦਰ ਬਹੁਤ ਵਧੀਆ ਗਵਈਆ, ਦੇਖ ਲਓ ਕਿੱਥੇ ਸ਼ੁਰੂ 'ਚ ਇਹਨਾਂ ਨੇ ਸਿਹਰੇ ਪੜ੍ਹਨੇ, ਉਦੋਂ ਬਾਅਦ ਮੇਰੇ ਨਾਲ ਸਾਂਝ ਬਹੁਤ ਜ਼ਿਆਦਾ, ਸਾਰਿਆਂ ਦਾ ਸਾਂਝ ਸੀ ਉਹਨਾਂ ਦੀ, ਸਾਰਿਆਂ ਨੂੰ ਪਿਆਰ ਕਰਦੇ ਸੀ, ਪਰ ਮੇਰੇ ਨਾਲ ਉਹਨਾਂ ਦਾ ਇੱਕ ਵੱਖਰਾ ਇੱਕ ਪਿਆਰ ਸੀ, ਨਿੱਘ ਸੀ, ਦੋਸਤੀ ਸੀਗੀ। ਜਦੋਂ ਵੀ ਚੰਡੀਗੜ੍ਹ ਆਉਣਾ, ਇੱਥੇ ਜ਼ਰੂਰ ਘਰ ਮਿਲ ਕੇ ਜਾਣਾ। ਆ ਪਹਿਲਾਂ ਦੇਖੋ ਕਿਡਨੀ 'ਚ ਚੱਕਰ 'ਚੋਂ ਜਦੋਂ ਜਦ ਲੜਾਈ ਕਰਕੇ ਲੜਾਈ ਜਿੱਤੇ, ਆ ਹੁਣ ਕਰੋਨਾ ਦੀ ਮਹਾਂਮਾਰੀ ਨੇ ਇੱਕ ਪੰਜਾਬ ਦਾ ਬਹੁਤ ਸੋਹਣਾ ਕਿਡਨੀ ਦੀ ਸਮੱਸਿਆ। ਮੈਨੂੰ ਯਾਦ ਆ ਕਿ ਨੂਰੀ ਜੀ ਨੇ ਆਪਣੀ ਕਿਡਨੀ ਦਿੱਤੀ ਸੀ। ਅਸੀਂ ਉਹਦੇ ਬਹੁਤ ਜਾਂਦੇ ਰਹੇ, ਖੰਨੇ ਉਹਨਾਂ ਕੋਲ ਦੁਆਵਾਂ ਕੀਤੀਆਂ, ਸੱਚੇ ਪਾਤਸ਼ਾਹ ਮਿਹਰ ਕਰੇ, ਪਰ ਉਹਦੇ ਅੱਗੇ ਜ਼ੋਰ ਨਹੀਂ ਹੈਗਾ। ਮਗਰ ਨੂਰੀ ਭੈਣ ਨੂੰ, ਬੱਚਿਆਂ ਨੂੰ, ਸਾਰੰਗ ਲਾਭ ਨੂੰ ਸੱਚੇ ਪਾਤਸ਼ਾਹ। ਲਮਹੇ ਉਹ ਵਕਤ ਜੋ ਤੁਹਾਡੇ ਨਾਲ ਬਿਤਾਇਆ ਸੀ, ਕਿਉਂਕਿ ਤੁਹਾਡੇ ਨਾਲ ਪਰਿਵਾਰਕ ਸਾਂਝ ਸੀ, ਉਹਨਾਂ ਬੜੇ, ਅਸੀਂ ਟੂਰ ਬਹੁਤ ਇਕੱਠੇ ਕੀਤੇ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, 3-4 ਵਾਰੀ ਜਾਣ ਦਾ ਮੌਕਾ ਮਿਲਿਆ। ਬਾਕੀ ਇੱਕ ਦੂਜੇ ਨੇ ਇਹੀ ਕਹਿਣਾ, ਸਾਡੀ ਗਾਇਕੀ ਨੇ ਉਹ ਵਿਚਾਰੇ ਬੜੇ ਸੁਰੀਲੇ ਸੀਗੇ, ਸਾਨੂੰ ਥਾਪੜਾ ਦੇਣਾ, ਕਹਿੰਦਾ ਬਾਜੀ ਤੁਹਾਡੀ, ਤੁਸੀਂ ਆਪਣਾ ਚੇਂਜ ਨਹੀਂ ਕਰਨਾ, ਤੁਹਾਡਾ ਆ ਦੇਸੀ ਜਿਹਾ ਕੰਮ ਬਹੁਤ ਵਧੀਆ। ਬਾਕੀ ਉਹਨਾਂ ਨੇ ਹੈਲਪ ਕਰਨੀ, ਮੇਰੇ ਬੇਟੇ ਦੀ ਜਦੋਂ ਮੈਂ ਗਾਇਕੀ 'ਚ ਆਇਆ, ਉਹ ਇੱਥੋਂ ਸਪੈਸ਼ਲ ਜਾਂਦਾ ਰਿਹਾ ਆਪਣਾ ਸਿੱਖਣ ਉਹਨਾਂ ਕੋਲ। ਇੱਕ ਬਹੁਤ ਇੱਕ ਵਧੀਆ ਇਨਸਾਨ, ਜਿੰਨੇ ਵਧੀਆ ਗਾਇਕ ਸੀ ਉਹਨੇ ਵਧੀਆ ਇਨਸਾਨ ਸੀਗੇ। ਇੱਕ ਆਪਣਾ ਹੀਰਾ 'ਚ ਪੰਜਾਬ ਨੇ, ਦੁਨੀਆ ਦੇ 'ਚ ਇੱਕ ਹੀਰਾ ਖੋਰੇ। ਸੋ ਬਾਈ ਹਰਦੀਪ ਜੀ ਇੱਕ ਵਧੀਆ ਇਨਸਾਨ ਦੱਸ ਰਹੇ ਨੇ, ਸਰਦੂਰ ਸਿਕੰਦਰ ਇੱਕ ਵਧੀਆ ਇਨਸਾਨ ਸੀ, ਇੱਕ ਹੀਰਾ ਸੀ ਗਾਇਕੀ ਦਾ, ਜੋ ਅੱਜ ਸਾਡੇ ਵਿੱਚ ਨਹੀਂ ਰਿਹਾ। ਮੋਹਾਲੀ ਤੋਂ ਕੈਮਰਾ ਪਰਸਨ ਅਕਾਸ਼ਦੀਪ ਦੇ ਨਾਲ ਰਵੀ ਜੱਖੂ।